Lo dice. Mi ਮਾਰੀਆਂ ਨੇ
10 ਨੰਬਰ ਯਾਸੀ ਦੇ ਵਿੱਚ ਖੇਡਦੇ ਆ ਸਾਡਾ ਵੀਰ ਵਧੀਆ ਤਜਰਬੇ ਦੇ ਨਾਲ। ਮੈਂ ਨਾਲ ਹੀ ਬੇਨਤੀ ਕਰਾਂਗਾ ਵੀ 62 ਕਿਲੋ ਵਜ਼ਨ ਦੀਆਂ ਦੋਵੇਂ ਟੀਮਾਂ ਇੱਕ ਪਾਸੇ ਚੀਰਾ ਵਾਲੀ ਅਗਲੇ ਮੁਕਾਬਲੇ ਹੋਣਗੇ ਸੁਰਖਪੁਰ ਤੇ ਚੱਕ ਚੇਲਾ। ਇਹ ਦੋਵੇਂ ਟੀਮਾਂ ਵਜ਼ਨ ਕਰਵਾ ਲਿਓ ਪਿੰਡ ਪੱਧਰ 62 ਕਿਲੋ ਵਜ਼ਨ ਦੀਆਂ ਸੁਰਖਪੁਰ ਤੇ ਚੱਕ ਚੇਲਾ ਸੰਗੋਇਲਾ ਤਲਵੰਡੀ ਚੌਧਰੀ। ਹਾਂਜੀ ਸਾਡੇ ਇਸ ਖੇਡ ਮੇਲੇ ਦੇ ਵਿੱਚ ਦੋ ਮੋਟਰਸਾਈਕਲ ਅਗਲੇ ਸਾਲ ਲਈ ਬੁੱਕ ਹੋ ਗਿਆ ਜੀ। ਅਗਲਾ ਜਿਹੜਾ 41ਵਾਂ 42ਵਾਂ ਪੇਂਡੂ ਖੇਡ ਮੇਲਾ ਇਸ ਗਰਾਊਂਡ ਦੇ ਵਿੱਚ ਹੋਣਾ ਹੈ, ਉਸ ਦੇ ਵਿੱਚ ਫੁੱਟਬਾਲ ਦੇ ਵਿੱਚ ਜਿਹੜਾ ਬੈਸਟ ਪਲੇਅਰ ਹੋਊਗਾ ਉਹਦੇ ਲਈ ਮੋਟਰਸਾਈਕਲ ਹੋਣਾ ਹੈ। ਕਨੇਡਾ ਨਿਵਾਸੀ ਸਾਡੇ ਵੀਰਾਂ ਨੇ ਸਪੋਂਸਰ ਕੀਤਾ ਹੈ। ਔਰ ਦੂਸਰਾ ਮੋਟਰਸਾਈਕਲ ਜਿਹੜਾ ਵਾ ਉਹ ਕਬੱਡੀ ਓਪਨ ਦੇ ਲਈ ਹੈ। ਉਹ ਕੁਲਬੀਰ ਖੈੜਾ, ਕਿੰਦਾ ਖੈੜਾ, ਜਗਦੇਵ ਮੱਲੀ ਅਤੇ ਸਤਨਾਮ ਸਿੰਘ ਇਹਨਾਂ ਨੇ ਮੋਟਰਸਾਈਕਲ ਦੇਣਾ ਅਗਲੇ ਸਾਲ ਵਾਸਤੇ। ਇਹ ਜਿਹੜਾ ਖੇਡ ਮੇਲਾ ਹੈ ਸਾਡੇ NRI ਵੀਰਾਂ ਖੈੜਾ ਦੋਨਾਂ ਸਮੂਹ ਨਗਰ ਨਿਵਾਸੀਆਂ ਗ੍ਰਾਮ ਪੰਚਾਇਤ ਖੈੜਾ ਯੂਥ ਕਲੱਬ ਇਹਨਾਂ ਦੇ ਸਹਿਯੋਗ ਦੇ ਨਾਲ ਕਰਵਾਇਆ ਜਾ ਰਿਹਾ। ਕਰਨੈਲ ਸਿੰਘ ਖੈੜਾ ਬਹੁਮੰਤਰੀ ਖੇਡ ਸਟੇਡੀਅਮ ਇਹ ਖੈੜਾ ਪਰਿਵਾਰ ਨੇ ਬਹੁਤ ਹੀ ਇਸ ਗਰਾਊਂਡ ਨਾਲ ਪ੍ਰੇਮ ਕਰਦੇ ਹੋਏ ਬਣਵਾਇਆ। ਇਹ ਖੈੜਾ ਯੂਥ ਕਲੱਬ ਇਹਨਾਂ ਦਾ ਤਹਿ ਦਿਲ ਨੂੰ ਸ਼ੁਕਰਗੁਜ਼ਾਰ ਹੈ। ਇਸ ਮੈਚ ਦੀ ਫੁੱਟਬਾਲ ਮੈਚ ਦੀ ਰੈਫਰੀ ਸਾਡੇ ਕੁਲਦੀਪ ਸਿੰਘ ਜੀ ਸੰਧੂ ਅਤੇ ਸਾਡੇ ਚਰਨਜੀਤ ਸਿੰਘ ਜੀ ਕਰ ਰਹੇ ਹੈ। ਅਸੀਂ ਖੈੜਾ ਯੂਥ ਕਲੱਬ ਸਮੂਹ NRI ਵੀਰਾਂ ਦਾ ਨਗਰ ਨਿਵਾਸੀਆਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਆ ਇਸ ਖੇਡ ਮੇਲੇ ਨੂੰ ਦੇਖਣ ਆਏ। ਨਾਲ ਹੀ ਬੇਨਤੀ ਜੀ ਜਲਦੀ ਤੋਂ ਜਲਦੀ ਆਵੇ ਟੀਮ ਖੀਰਾਵਲੀ ਦੀ, ਜੇ ਖਿਡਾਰੀਆਂ ਨੇ ਖੇਡਣਾ ਤਾਂ ਵੀ ਦੱਸ ਦੇਣ, ਜੇ ਨਹੀਂ ਖੇਡਣਾ ਤੇ ਤਾਂ ਵੀ ਦੱਸ ਦੇਣ, ਤਾਂ ਜੋ ਕਿ ਅਸੀਂ ਅਗਲਾ ਸ਼ਡਿਊਲ ਜਿਹੜਾ ਤਿਆਰ ਕਰ ਸਕੀਏ। ਨਹੀਂ ਜੇ ਖੀਰਾਵਲੀ ਨੇ ਖੇਡਣਾ ਤਾਂ ਵੀ ਦੱਸੇ, ਜੇ ਨਹੀਂ ਖੇਡਣਾ ਤਾਂ ਸਾਨੂੰ ਤਾਂ ਵੀ ਦੱਸ ਦਿਓ ਵੀ ਅਸੀਂ ਬਾਈ ਨਹੀਂ ਖੇਡਣਾ, ਅਸੀਂ ਅਗਲੀ ਟੀਮ ਦਾ ਮੈਚ ਪਵਾ ਦੇਈਏ ਔਰ ਅਗਲੀਆਂ ਟੀਮਾਂ ਨੂੰ ਸੱਦੇ ਦੇਈਏ। ਸੁਰਖਪੁਰ ਦੀ ਟੀਮ ਆ ਗਈ ਬਾਜੀ, ਸੁਰਖਪੁਰ ਜੇਕਰ ਕਿਸੇ ਤੋਂ ਜਾਲੀ ਬੋਲ ਫੜੀ ਗਏ, ਕਿਆ ਬਾਤ ਹੈ। ਸੰਦੀਪ ਖੈੜਾ ਕਹਿੰਦੇ ਨੂੰ ਪਿਆਰ ਦੇ ਨਾਲ ਗੋਲ ਕੀਪਰ, ਇਹ ਰੋਕ ਦਿੰਦਾ ਜੱਟ ਯਾਰ ਸ਼ੂਕ ਦੇ ਤੂਫਾਨ ਹੈ। ਵਧੀਆ ਖੇਡ ਰਿਹਾ ਨਾਗਰ ਤੇ ਇਧਰਲੇ ਪਾਸੇ ਤੇ ਚੱਲੋਗੇ ਚੱਲਣਾ ਹੀ ਜ਼ਿੰਦਗੀ ਹੈ, ਵਧੋਗੇ ਵਧਣਾ ਹੀ ਜ਼ਿੰਦਗੀ ਦਾ ਪਹਿਲਾ ਪੜਾ। ਸੋ ਸਾਡੇ ਖਿਡਾਰੀ ਜਿਹੜੇ ਵੱਧ ਚੜ ਕੇ ਇੱਕ ਦੂਸਰੇ ਦੇ ਉੱਪਰ ਹਮਲੇ ਕਰ ਰਹੇ ਨੇ, ਰੋਕ ਰਹੇ ਨੇ ਉਸ ਹਮਲੇ ਨੂੰ। ਦੇਖਣ ਯੋਗ ਵਾਲੇ ਖੈੜਾ ਯੂਥ ਕਲੱਬ ਦੇ ਸਾਰੇ ਮੈਂਬਰਾਂ ਦੇ ਵੱਲੋਂ ਇਹਨਾਂ ਨੂੰ ਨਿੱਘੀ ਜੀਆਂ ਨੂੰ ਆਖਿਆ ਜਾ ਰਿਹਾ। ਸਾਡੇ ਪਰਮਵੀਰ ਖੈੜਾ, ਰੰਮੀ ਖੈੜਾ, ਸੰਦੀਪ ਖੈੜਾ, ਜਸਕਰਨ ਸਾਡਾ ਵੀ ਖੈੜਾ, ਗੋਲੂ ਖੈੜਾ, ਅਜੀਤ ਖੈੜਾ, ਤਰਨਵੀਰ ਸਿੰਘ, ਸਾਡੇ ਕੁਲਜਿੰਦਰ ਵਰਗੇ, ਅਜੇ ਵਰਗੇ, ਜੋਗੇ ਵਰਗੇ। ਸੋ ਇਹਨਾਂ ਸਾਰੇ ਵੀਰਾਂ ਦਾ ਧੰਨਵਾਦ ਹੈ, ਸਾਡੇ ਇਕਬਾਲ ਹੋਣਾ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਜੁੜ ਕੇ ਸੇਵਾ ਕਰ ਰਹੇ ਨੇ ਇਸ ਖੇਡ ਮੇਲੇ ਦੇ ਵਿੱਚ। ਬਹੁਤ ਬਹੁਤ ਧੰਨਵਾਦ ਆ NRI ਵੀਰਾਂ ਦਾ ਜਿਹਨਾਂ ਨੇ ਮਾਇਆ ਦੇ ਹੱਥਿਆਂ ਦੇ ਨਾਲ ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਵਾਸਤੇ ਚਾਹੇ ਆਸਟ੍ਰੇਲੀਆ, ਕਨੇਡਾ, ਅਮੈਰੀਕਾ, ਦੁਬਈ, ਜਿੱਥੇ ਜਿੱਥੇ ਸਪੇਨ, ਇਟਲੀ, ਜਿੱਥੇ ਜਿੱਥੇ ਵੀ ਸਾਡਾ ਪਿੰਡ ਖੈੜਾ ਦੇ ਉਹਨਾਂ ਦਾ ਵੀਰ ਗਿਆ ਆ, ਉਹਨੇ ਆਪਣੇ ਜਿੱਥੋਂ ਤੱਕ ਵੀ ਜੋਰ ਲਗਾ ਕੇ ਮਾਇਆ ਭੇਜ ਸਕਦਾ ਸੀ ਸਾਨੂੰ ਮਾਇਆ ਭੇਜ ਕੇ ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਦੇ ਲਈ ਮਾਇਆ ਭੇਜੀ ਆ। ਅਸੀਂ ਖੈੜਾ ਯੂਥ ਕਲੱਬ ਵੱਲੋਂ, ਸਮੂਹ ਨਗਰ ਨਿਵਾਸੀਆਂ ਵੱਲੋਂ, ਗ੍ਰਾਮ ਪੰਚਾਇਤ ਵੱਲੋਂ ਉਹਨਾਂ ਦਾ ਵਿਸ਼ੇਸ਼ ਧੰਨਵਾਦ ਕਰਦੇ ਹਾਂ। ਹਾਂਜੀ ਧੰਨਵਾਦ ਹੈ ਸਾਡੇ ਸਾਰੇ NRI ਵੀਰਾਂ ਦਾ ਜੋ ਇਸ ਖੇਡ ਮੇਲੇ ਨੂੰ ਸਫਲ ਕਰਨ ਦੇ ਵਾਸਤੇ ਡਾਢਾ ਸਹਿਯੋਗ ਦਿੰਦੇ ਨੇ ਕਿ ਪਾਣੀ ਨੂੰ ਪਤਣਾ ਦੀ ਪਰਦੇਸੀ ਨੂੰ ਵਧਣਾ ਦੀ ਤਾਂਘ ਤਾਂ ਰਹਿੰਦੀ ਹੈ, ਕਿ ਪਾਣੀ ਨੂੰ ਪਤਣਾ ਦੀ ਪਰਦੇਸੀ ਨੂੰ ਵਧਣਾ ਦੀ ਤਾਂਘ ਤਾਂ ਰਹਿੰਦੀ ਹੈ। ਨਲ ਮਾਣਕ ਬਿਲਕੁਲ ਤਿਆਰ ਹੋ ਜਾਓ ਅਗਲੇ ਮੈਚ ਵਾਸਤੇ, ਜੰਡਿਆਲਾ ਤੇ ਨਲ ਮਾਣਕ ਸੰਗੋਇਲਾ ਤਲਵੰਡੀ ਚੌਧਰੀ ਆ। ਢੁੱਡੀਆਂ ਵਾਲ ਤੇ ਸੁਰਖਪੁਰ, ਸੁਰਖਪੁਰ ਦੀ ਟੀਮ ਜਲਦੀ ਆਵੇ, ਸੁਰਖਪੁਰ ਦੇ ਖਿਡਾਰੀਆਂ ਦੇ ਕੇ ਇਹ ਬੇਨਤੀ ਕੀਤੀ ਜਾ ਰਹੀ ਹੈ ਵੀ ਜਲਦੀ ਤੋਂ ਜਲਦੀ ਆ ਜਾਓ।
सुरखपुर की टीम यह लास्ट बेनती है सुरखपुरिया की गई संगोईला तलवंडी चौधरी जंडियाला खूह के नल माणक इस ग्राउंड ने पैदा किए हाँ जी जोगी भरी जोगा फ्रेंड्स जिथे भी हो बिंदु नू मिल सकता इस मैच की रैफरी साढ़े चरणजीत सिंह जी थानेदार साहब अते कुलदीप सिंह संधु जो भी अपने अपने समय के बहुत ही वधिया खिडारी रहे आ दोनों रैफरी कर रहे आ साडी फुटबाल टीम के विच छे नंबर जर्सी विच गौरव दस नंबर जर्सी जिंदर सात नंबर दोनों ही मणि मनी वालों सानू कोई एनआरआई ने घाट ही नहीं आने दी मनी जानी पैसा एनआरआई वीरां दे सहयोग दे नाल 48वां पेंडू खेड मेला शिखरां दे उत्ते ਸਾਡੀ ਖੇੜਾ ਦੋਨਾ ਇਹਦੀ ਤਿਆਰੀ ਕਰਾਉਣ ਦੇ ਲਈ ਸਾਡੇ ਮੇਰੇ ਵੀਰ ਗੁਰਮੁਖ ਪਿਛਲੇ ਫੁੱਟਬਾਲ ਦਾ ਜਿਹੜਾ ਪਹਿਲਾ ਪ੍ਰਾਈਜ਼ ਆ ਉਹ ਸਾਡੇ ਪ੍ਰਧਾਨ ਰਵਿੰਦਰ ਬਿੰਦੂ ਵੱਲੋਂ ਔਰ ਦੂਸਰਾ ਇਨਾਮ ਜਿਹੜਾ ਸਾਡਾ ਕੁਲਵਿੰਦਰ ਸਿੰਘ ਬਿੱਲੂ ਭਾਜੀ ਆ ਉਹਦੇ ਵੱਲੋਂ ਦਿੱਤਾ ਜਾਣਾ ਹੈ ਔਰ ਅਸੀਂ ਇਹਨਾਂ ਦੇ ਬਹੁਤ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਇਹਨਾਂ ਨੇ ਮਾਇਆ ਦੇ ਗੱਫੇ ਦੇ ਕੇ ਸਾਡੇ ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਦੇ ਲਈ ਬਹੁਤ ਵੱਡਾ ਸਹਿਯੋਗ ਕੀਤਾ ਹੈ ਸਾਡਾ ਜਿਹੜਾ ਕਲੱਬ ਹੈ ਉਹ ਦਿਨ ਰਾਤ ਬਹੁਤ ਮਿਹਨਤ ਕਰਕੇ ਇਸ ਟੂਰਨਾਮੈਂਟ ਨੂੰ ਬੁਲੰਦੀਆਂ ਦੇ ਉੱਤੇ ਲਿਜਾ ਰਿਹਾ ਹੈ ਜਿਹਦੇ ਪ੍ਰਧਾਨ ਰਵਿੰਦਰ ਸਿੰਘ ਬਿੰਦੂ ਉਪ ਪ੍ਰਧਾਨ ਕੁਲਵੀਰ ਖੈੜਾ ਸਾਡਾ ਦੇ ਕੇ ਹਰੇਕ ਮੈਚ ਨੂੰ ਕਵਰੇਜ ਕਰ ਰਿਹਾ ਅਸੀਂ ਇਸ ਦੇ ਬਹੁਤ ਧੰਨਵਾਦੀ ਹਾਂ ਗਿੱਲ ਟੈਂਟ ਹਾਊਸ ਅਤੇ ਪਨੇਸਰ ਸਾਊਂਡ ਸਰਵਿਸ ਇਹ ਵੀ ਬਹੁਤ ਅੱਛੀਆਂ ਸੇਵਾਵਾਂ ਦੇ ਨਾਲ ਸਾਨੂੰ ਇਸ ਕਬੱਡੀ ਕੱਪ ਦੇ ਉਹਨਾਂ ਦੇ ਨਾਲ ਸਾਡੇ ਕੁਲਵਿੰਦਰ ਸਿੰਘ ਜੀ ਕਹਿੰਦਾ ਅਤੇ ਸਾਡੇ ਵੀਰ ਗੀਤੂ ਆਸਟ੍ਰੇਲੀਆ ਤੋਂ ਸਤਨਾਮ ਸਿੰਘ ਜੀ ਸੋਟੀ ਮੈਂਬਰ ਉੱਥੇ ਸਾਡੇ ਵੀਰ ਸਤਨਾਮ ਸਿੰਘ ਜੀ ਯੂਥ ਕਲੱਬ ਦੇ ਮੈਂਬਰ ਕੁਲਵੀਰ ਸਿੰਘ ਜੀ ਖੈੜਾ ਅਤੇ ਸਾਡੇ ਬਾਅਦ ਹੀ ਸਤਿਕਾਰਯੋਗ ਕੁਲਦੀਪ ਸਿੰਘ ਜੀ ਸੰਧੂ ਹਰਨਮਨ ਸਿੰਘ ਜੀ ਸਾਡੇ ਸਤਿਕਾਰਯੋਗ ਹਰਜੀਤ ਸਿੰਘ ਜੀ ਉੱਥੇ ਡਾਕਟਰ ਸੁਰਿੰਦਰ ਸਿੰਘ ਜੀ ਰੋੜਾ ਅਤੇ ਮੇਰੇ ਬਾਅਦ ਹੀ ਮਾਸਟਰ ਜਗੀਰ ਸਿੰਘ ਜੀ ਔਰ ਇਹਨਾਂ ਦੇ ਬੇਟੇ ਆਸਟ੍ਰੇਲੀਆ ਸਾਨੂੰ ਬਹੁਤ ਹੀ ਵੱਡੀ ਮਾਇਆ ਦੇ ਨਾਲ ਇਸ ਟੂਰਨਾਮੈਂਟ ਨੂੰ ਸਫਲ ਕਰਾਉਣ ਵਾਸਤੇ ਸਾਨੂੰ ਸਹਿਯੋਗ ਦਿੱਤਾ ਅਸੀਂ ਪੂਰੇ ਕਲੱਬ ਵੱਲੋਂ ਪੂਰੇ ਗ੍ਰਾਮ ਪੰਚਾਇਤ ਵੱਲੋਂ ਇਹਨਾਂ ਦੇ ਵਿਸ਼ੇਸ਼ ਧੰਨਵਾਦੀ ਹਾਂ ਔਰ ਸਾਨੂੰ ਚਾਹੇ ਕੋਈ ਮੁਲਕ ਆ ਨਿਊਜ਼ੀਲੈਂਡ ਆਸਟ੍ਰੇਲੀਆ ਕਨੇਡਾ ਅਮੈਰੀਕਾ ਇੰਗਲੈਂਡ ਵੱਡੇ ਮਾਇਆ ਦੇ ਦਿੱਤੇ ਇਸ ਯੂਥ ਕਲੱਬ ਨੂੰ ਇਹਨਾਂ ਐਨ ਆਰ ਆਈ ਵੀਰਾਂ ਨੇ ਔਰ ਪੂਰੇ ਨਗਰ ਨੇ ਦਿਲ ਬੋਲ ਜਿੰਨਾ ਵੀ ਸਾਡਾ ਸਹਿਯੋਗ ਦੇ ਕੇ ਇਸ ਟੂਰਨਾਮੈਂਟ ਨੂੰ ਸਫਲ ਕਰਨ ਦਾ ਹਮੇਸ਼ਾ ਹੀ ਸਾਡਾ ਰਹਿੰਦਾ ਰਹੇਗਾ ਕੱਲ ਫਿਰ ਕਬੱਡੀ ਉੱਪਰ ਕਹਿੰਦੇ ਵੀ ਦੁਨੀਆਂ ਦੇ ਸੁਪਰ ਕੱਲ ਖਿਡਾਰੀ ਇਸ ਮੈਦਾਨ ਅੰਦਰ ਪਹੁੰਚ ਰਹੇ ਹੈ
जिथे कहते भी घुटे हुए ने तपे हुए ने मिलकर जफे लाने हैं इन्हों मैदान के अंदर कई खिलाड़ियों ने बड़े सम्मान दिए जाएंगे। अदूले पास निकला के बाद वधिया शानदार पाई हुई कबड्डी तो दिल वास्ते मैदान अंदर ते नंबर रेंद्र का ये शानदार ये नंबर रेंद्र का कई खेडली शौक न कई मारे रोटी ने कर कर मेहता बन गए कई खिलाड़ी चोटी ने कई खेडली शौक न कई मारे रोटी ने कर कर मेहता बन गए कई खिलाड़ी चोटी ने दुनिया के सुपर खिलाड़ी खेलने हैं इस मैदान अंदर कल किसी ने मोटरसाइकिल मिलया होगा किसी ने गड्डी दिखी होगी किसी को सोने के मैडल दिखे हो गए तो कल आपका यूथ स्पोर्ट्स क्लब खैरे बेले के सुपर स्टेडियम के बड़ी जिम्मेवारी रही है इस ग्राउंड के उपर यह मान दिता जा रहा है सत्कार दिता जा रहा है जी इस ग्राउंड के सभी सतह दिते जा रहे हैं केंद्र जी बड़े प्यार बड़े सत्कार दिते जा रहे हैं सभी कलबीर सिंह जी खैड़ा जो बहुत बड़ा माण है केंद्र जी मीडिया के नाम जिलों का और बड़ा प्यार दिने ने पहले दुले पास देखना के बहुत बढ़िया दुले पास ये नंबर जगह जुड़ता है कि बाद इस बाद और संगोजला तलवंडी चौधरिया दीम ने बेनती की जा रही है जल्दी तो जल्दी साडा सहयोग दे भाई जल्दी तो जल्दी सहयोग दिए आज इस सुंदर स्टेडियम के रौनक लगे हुई ने और बड़े प्रमोटर का बड़ा सहयोग दिता जा रहा है बहुत वे माण सरदार कुंदन सिंह जी खैड़ा यूके वाले बड़ी खेड़ है जिन्हें खेड कबड्डी उच्च श्री रोशन खैड़ा जी खेड कबड्डी सदे भीर देव वर्गे महान कबड्डी के खिलाड़ी पैदा हुए थे श्री मेरे वीर हनी कनेडा रिंकू कनेडा दीका के सोनो यूएसए ने हमने फोन करके सानू पैसे पा दिए सेकंड प्राइज से और उन्होंने वीर वालों अगले साल जो बेस्ट फुटबॉलर है उन्होंने मोटरसाइकिल भी दिता जाना भाई शानदार अजा एक कबड्डी कप हाँ जी मैं संगोजला तलवंडी चौधरी टीम जीते आ गई है जीता सा कबड्डी खिलाड़ी नोट करे भाई संगोजला तलवंडी चौधरी टीम पहुंच गई ने और साढ़े वीर बड़े माण बुटे यार ने हाँ जी जेडिया टीम ने इसी भाजी मैच की जानकारी दी है संगोजला के तलवंडी कदरिया वेट ग्रांड जडियाला खूह के नल माण ये टीम वेट करा के ग्राउंड के पहुंचन बलविंदर सिंह जी सरपंच बिंदु प्रधान जी इस कबड्डी कप के कुलविंदर सिंह जी किंदा साढ़े वीर जीतू स्टेलिया सतनाम सिंह जी सोडी मैंबर उत्थे सतनाम सिंह जी यूथ क्लब के मैंबर उत्थे मेरा वीर कुलवीर सिंह जी खैड़ा प्रेस सकत्तर साढ़े वीर कुलदीप सिंह जी संधु हरनर्मल सिंह जी साढ़े वीर हरजीत सिंह जी डॉक्टर सुरिंदर सिंह जी अरोड़ा साहब कमलजीत सिंह जी संधु उत्थे मेरे बाद ही सत्कारी कबड्डी खिलाड़ी पम्मा के कोटा रम्मी होना का संदीप जसकर्म गोरू अजीत होना का तरनवीर होना का कलजिंदर होना का अजय होना का जोगे होने का जिंदर होने का धन्यवाद किया जाएगा कबड्डी के प्रमोटर सरदार कुंडा बहुत ही सानू सहयोग दिता और खैरा दोनों की टीम ने गोल होर कर दिता बहुत शानदार आईदा खेल मेला चलना हो भाई कल दुनिया के सुपर खिलाड़ी इतने पहुंच रहे हैं केंद्र जी एल सी डिया के बाद जो मान सम्मान दिए जाने हैं एक एल सी डी यूथ स्पोर्ट्स क्लब खैड़े दोनों वालों दिखी जाएगी एक एल सी डी जी केंद्र जी खैड़े दोनों का घोड़ा से बादल कट्ठे खेलते हैं जोड़ी भी प्रसिद्ध रही है तो बादल साडा फिर याद है यूएसए एक एल सी डी वो वालों स्पॉन्सर की जाएगी बड़े मान दिए जाएंगे साढ़े सतनाम सिंह जी सोटी साहब मैंबर पंचायत इन्होंने बेटे हरकमल सिंह जी
चरण कमल सिंह जी यूएसए तो वो भी बहुत वड्डी माया दे नाल सानू सहयोग दे रहे हैं। असीं बहुत धन्नवादी हैं इन्हां दे। सानू एनआरआई वीरां ने बहुत वड्डा गफ्फा, चाहे आस्ट्रेलिया, कनेडा, इंग्लैंड, स्पेन, इटली, जो भी एनआरआई वीर साढ़े खैरा दोनों की धरती तो बाहर गया है अपने पिंड के नाल और इस ग्राउंड के नाल वो करता हुआ माया के गफ्फे, वड्डे माया के गफ्फे भेजे हैं इस टूरनामेंट में सफल कराने लिए। जिते ये साढ़े जोड़े मैच है और इन्होंने जोड़े इनाम दिते जाने हैं ये भी बहुत बहुत धन्यवाद किया जाएगा। हाँ जी जीता जी दसो भी कि टीम दिखती है। हाँ जी खेड़ा जोड़ा की टीम जी फुटबॉल की जित गया तो 500 रुपया सके बिंदू प्रधान जी जो फुटबॉल के प्लेयर भी बन गए ने उन्होंने वालों स्पॉन्सर किया गया 500 रुपया खेड़े जोड़े की।